ਬੱਚਿਆਂ ਨੂੰ ਸਕੂਲ ਛੱਡ ਕੇ ਵਾਪਸ ਆ ਰਹੇ ਇੱਕ ਸ਼ਖਸ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਬਾਈਕ ਸਵਾਰ ਨੂੰ ਲੱਤ ਮਾਰ ਕੇ ਇੱਟਾਂ ਤੇ ਸੁੱਟ ਦਿੱਤਾ, ਫਿਰ ਬਾਈਕ ਸਵਾਰਾਂ ਦੇ ਵੱਲੋਂ ਕੋਲ ਜਾ ਕੇ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਗਿਆ। ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਇਸ ਤਰੀਕੇ ਦੇ ਨਾਲ ਗੁੰਡਾਗਰਦੀ ਦਾ ਨੰਗਾ ਨਾਚ ਇਹਨਾਂ ਬਦਮਾਸ਼ਾਂ ਦੇ ਵੱਲੋਂ ਕੀਤਾ ਗਿਆ। ਬਾਈਕ ਸਵਾਰ ਤੇ ਜਾਨਲੇਵਾ ਹਮਲਾ ਕੀਤਾ ਗਿਆ ਜਦੋਂ ਬੱਚਿਆਂ ਨੂੰ ਸਕੂਲ ਛੱਡ ਕੇ ਵਾਪਸ ਘਰ ਆ ਰਿਹਾ ਸੀ। ਰਾਹ ਦੇ ਵਿੱਚ ਘੇਰ ਕੇ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ, ਇੱਟਾਂ ਰੋੜੇ ਵੀ ਮਾਰੇ ਗਏ। ਪਹਿਲਾਂ ਲੱਤ ਮਾਰ ਕੇ ਮੋਟਰਸਾਈਕਲ ਸੁੱਟਿਆ ਗਿਆ, ਸਣੇ ਬਾਈਕ ਸਵਾਰ ਰੋੜਿਆਂ ਦੀ ਢੇਰੀ ਤੇ ਜਾ ਡਿੱਗਾ। ਇੰਨੇ ਨੂੰ ਬਾਈਕ ਸਵਾਰ ਬਾਈਕਾਂ ਤੋਂ ਥੱਲੇ ਉੱਤਰ ਕੇ ਇਸ ਨੌਜਵਾਨ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਨੇ। ਮੋਗਾ ਦੇ ਸਰਦਾਰ ਨਗਰ ਗੇਟ ਦੇ ਕੋਲ ਦੀ ਇਹ ਵੀਡੀਓ ਹੈ। ਪੁਰਾਣੀ ਰੰਜਿਸ਼ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ। ਸਵੇਰੇ ਵੇਲੇ ਇਹ ਸ਼ਖਸ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਘਰ ਵਾਪਸ ਪਰਤ ਰਿਹਾ ਸੀ ਤਾਂ ਕੁਝ ਲੋਕਾਂ ਦੇ ਵੱਲੋਂ ਰਾਹ ਦੇ ਵਿੱਚ ਘੇਰ ਕੇ ਇਸ ਦੇ ਨਾਲ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਗਿਆ। ਪੀੜਤ ਰਵੀ ਨੇ ਦੱਸਿਆ ਕਿ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੂੰ ਉਹ ਨਹੀਂ ਪਛਾਣਦਾ, ਪਰ ਕੁਝ ਮਹੀਨੇ ਪਹਿਲਾਂ ਕਿਸੇ ਨੇ ਉਸਦੀ ਪਤਨੀ ਦੀ ਫੋਟੋ ਵਾਇਰਲ ਕੀਤੀ ਸੀ ਜਿਸ ਨੂੰ ਲੈ ਕੇ ਉਸਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੂੰ ਸ਼ੱਕ ਹੈ ਕਿ ਇਹ ਉਹੀ ਲੋਕ ਨੇ ਜਿਨ੍ਹਾਂ ਦੇ ਵੱਲੋਂ ਫੋਟੋ ਨੂੰ ਵਾਇਰਲ ਕੀਤਾ ਗਿਆ। ਹੁਣ ਕਿਣ ਕੱਢਣ ਦੇ ਲਈ ਇਸ ਤਰੀਕੇ ਦੀ ਵਾਰਦਾਤ ਕੀਤੀ ਗਈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਹੋਇਆ, ਪਰ ਗੰਭੀਰ ਸੱਟਾਂ ਲੱਗੀਆਂ ਨੇ ਇਸ ਨੌਜਵਾਨ ਦੇ। ਕਿਸ ਤਰੀਕੇ ਦੇ ਨਾਲ ਇਸ ਨੌਜਵਾਨ ਨੂੰ ਬਦਮਾਸ਼ਾਂ ਦੇ ਵੱਲੋਂ, ਜਿਨ੍ਹਾਂ ਦੀ ਗਿਣਤੀ 3 ਦਿਸ ਰਹੀ ਹੈ, ਇਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਕੁੱਟਿਆ ਗਿਆ, ਬਾਅਦ ਦੇ ਵਿੱਚ ਕੋਲ ਖੜ੍ਹੇ ਲੋਕਾਂ ਨੇ ਹਟਾਇਆ ਔਰ ਮੌਕਾ ਦੇਖ ਕੇ ਇਹ ਬਦਮਾਸ਼ ਇੱਥੋਂ ਫਰਾਰ ਹੋ ਗਏ। ਮੋਗਾ ਦੇ ਸਰਦਾਰ ਨਗਰ ਗੇਟ ਦੇ ਕੋਲ ਦੀ ਇਹ ਵੀਡੀਓ ਹੈ। ਰਵੀ, ਕੀ ਗੱਲ ਹੋਈ ਤੁਹਾਡੇ ਨਾਲ? ਸਰ, ਮੈਂ ਆਪਣੇ ਬੱਚਿਆਂ ਨੂੰ ਛੱਡ ਕੇ ਆਉਂਦਾ ਪਿਆ ਸੀਗਾ ਅਤੇ ਜਦੋਂ ਮੈਂ ਬੱਚੇ ਨੂੰ ਸਕੂਲ ਕਰਤਾ ਵਾਪਸੀ ਘਰ ਜਾਣ ਲੱਗਾ, ਰਾਤੀ ਫਿਰ ਮੇਰੇ ਕੋਲ 2 ਮੁੰਡੇ ਆਏ ਮੋਟਰਸਾਈਕਲ 'ਤੇ, ਉਹਨਾਂ ਨੇ ਮੇਰੇ ਲੱਤ ਮਾਰੀ, ਮੈਂ ਇੱਟਾਂ 'ਤੇ ਡਿੱਗ ਪਿਆ ਜੀ ਅਤੇ 2 ਪਿੱਛੋਂ ਆਏ ਜੀ ਅਤੇ ਉਹਨਾਂ ਨੇ ਆ ਕੇ ਇੱਟਾਂ ਮਾਰਨ ਲੱਗ ਗਏ, ਮੇਰੇ ਕਿਰਪਾਨਾਂ ਮਾਰਨ ਲੱਗ ਗਏ ਜੀ। ਆ ਕਰਕੇ ਮੈਨੂੰ ਤਾਂ ਪਤਾ, ਮੈਂ ਤਾਂ ਪਛਾਣਦਾ ਨਹੀਂ ਸੀ ਕੌਣ ਆ ਕੌਣ ਨਹੀਂ, ਉਹ ਮੈਨੂੰ ਪਤਾ ਹੀ ਨਹੀਂ ਸੀਗਾ ਜੀ। ਕਿਉਂ, ਤੁਹਾਡੇ 'ਤੇ ਕਿਉਂ ਆਉਣ ਲੱਗੀ ਸੀ? ਸਰ, ਅੱਜ ਤੋਂ 2-3 ਮਹੀਨੇ ਪਹਿਲਾਂ ਮੇਰੀ ਵਾਈਫ ਦੀ ਇੱਕ ਮੁੰਡੇ ਨੇ ਵੀਡੀਓ ਵਾਇਰਲ ਕੀਤੀਆਂ ਸੀ, ਫੋਟੋਆਂ ਵਾਇਰਲ ਕੀਤੀਆਂ ਸੀਗੀਆਂ ਅਤੇ ਉਹਦੇ ਕਰਕੇ ਅਸੀਂ ਉੱਥੇ DSP ਦੇ ਪਰਚਾ ਦੇ ਦਿੱਤਾ ਸੀ, ਉੱਥੇ ਸਾਡਾ ਰਾਜੀਨਾਮਾ ਵੀ ਹੋ ਗਿਆ ਸੀਗਾ ਅਤੇ ਮੇਰੇ ਤਾਂ ਉਹੀ ਮੁੰਡੇ ਨਾਲ ਸੀਗਾ, ਇੱਡਾ ਕੁਛ ਸੀ, ਉਹਦਾ ਇਲਾਵਾ ਮੇਰਾ ਇੱਡਾ ਕੁਛ ਨਹੀਂ ਸੀਗਾ। ਨਾ, ਕੁਛ ਨਹੀਂ ਕਿਹਾ ਉਹਨੇ ਮੈਨੂੰ। ਜਦੋਂ ਉਹਨਾਂ ਨੇ ਚੜ੍ਹਤੇ ਆਉਣ 'ਤੇ ਇੱਟਾਂ ਮਾਰਨ ਲੱਗ ਗਏ ਸੀ। ਮੈਂ ਬਾਈਕ 'ਤੇ ਆ ਰਿਹਾ ਜੀ, ਮੋਟਰਸਾਈਕਲ 'ਤੇ। ਹਥਿਆਰ ਵਗੈਰਾ ਵੀ ਸੀ ਉਹਨਾਂ? ਹਾਂ, ਕਿਰਪਾਨ ਸੀਗੀ ਜੀ। ਪਹਿਚਾਣ ਚ ਨਹੀਂ ਆ ਰਹੇ ਸੀ, ਮੂੰਹ ਬੰਨੇ ਹੋਏ ਸੀ ਉਹਨਾਂ ਦੇ।